9 साल दे बच्चे नू बुक्कल दे विच लेके ट्रेन अगे आ गए मां प्यो। बहुत ही मंदभागी खबर सामने आ रही है जिथे पूरे परिवार ने ट्रेन हेठ आके खुदकुशी कर ली है। कर्जे तो परेशान सी, कर्जा इन्ना कु सिर ते चढ़ चुका सी कि उतरन दा नाम नहीं लै रहा सी, जिसके चलदे दुखी होके इस पूरे परिवार ने मौत नू गल दे नाल ला लिया, मौत दा राह चुन लिया। इन्हां कोल कोई होर राह ना बचिया ते ट्रेन हेठ आके ना खुदकुशी कर ली, जिस दे विच मां प्यो ते इन्हां दा 9 साल का बच्चा शामिल है। 9 साल के पुत नू गोदी च लैके मां प्यो जिहड़े ने ट्रेन अगे आ गए। बहुत वड्डा जिगरा चाहीदा है एक बच्चे नू नाल लैके मापियां ने खुदकुशी की है। पूरा परिवार एको समय दे विच जिहड़ा है खुदकुशी कर गए। पूरे परिवार ने एको समय दे विच मौत नू गल दे नाल ला लिया। तां मामला जिहड़ा है लुधियाणा तो सामने आ रहा है। लुधियाणा नेड़े जिहड़ा है अहमदगढ़ दे कोल जिहड़ा है ट्रेन अगे आ के इस परिवार ने खुदकुशी की है। ਤਾਂ ਕਰਜ਼ੇ ਤੋਂ ਦੁਖੀ ਸੀ, ਕਰਜ਼ਾ ਇੰਨਾ ਕੁ ਸਿਰ ਤੇ ਚੜ੍ਹ ਚੁੱਕਿਆ ਸੀ ਕਿ ਬਹੁਤ ਵਾਰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਉਤਰਿਆ, ਜਿਸ ਦੇ ਚੱਲਦਿਆਂ ਪੂਰੇ ਪਰਿਵਾਰ ਨੇ ਮੌਤ ਦਾ ਰਾਹ ਚੁਣਿਆ, ਮਰਨਾ ਬਿਹਤਰ ਸਮਝਿਆ। ਇਸ ਕਰਕੇ ਇਹਨਾਂ ਨੇ ਇਹ ਵੱਡਾ ਖੌਫਨਾਕ ਕਦਮ ਚੁੱਕਿਆ ਹੈ। ਦੱਸ ਦਈਏ ਕਿ ਮਰਨ ਵਾਲਿਆਂ ਦੀ ਪਛਾਣ ਜਿਹੜੀ ਹੋਈ ਹੈ, ਸੁਖਪਾਲ ਸਿੰਘ ਜਿਸ ਦੀ ਉਮਰ 32 ਸਾਲ, ਉਸ ਦੀ ਪਤਨੀ ਸੁਖਦੀਪ ਕੌਰ ਜਿਸ ਦੀ ਉਮਰ 30 ਸਾਲ ਅਤੇ ਬੇਟਾ ਬਲਜੀਤ ਜਿਸ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ। ਤਾਂ ਥਾਣਾ GRP ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀ ਲਾਸ਼ ਜਿਹੜੀ ਹੈ ਪੋਸਟਮਾਰਟਮ ਕਰਵਾਉਣ ਦੇ ਲਈ ਹਸਪਤਾਲ ਭੇਜੀ। ਪੋਸਟਮਾਰਟਮ ਕਰਵਾ ਕੇ ਹੁਣ ਇਹ ਲਾਸ਼ ਜਿਹੜੀ ਹੈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਤਾਂ ਘਟਨਾ ਦੇ ਰਾਤ ਦੀ ਦੱਸੀ ਜਾ ਰਹੀ ਹੈ ਜਿੱਥੇ ਅੰਮ੍ਰਿਤਸਰ ਟ੍ਰੇਨ ਜਿਹੜੀ ਹੈ ਉਹ ਅੰਮ੍ਰਿਤਸਰ ਹਿਸਾਰ ਟ੍ਰੇਨ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਜਦੋਂ ਅਹਿਮਦਗੜ੍ਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਪਿੰਡ ਦੇ ਕੋਲ ਰੇਲਵੇ ਲਾਈਨ ਦੇ ਉੱਤੇ 3 ਪਰਿਵਾਰਕ ਮੈਂਬਰਾਂ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ਦੀ ਜਾਂਚ ਜਿਹੜੀ ਹੈ ਲੁਧਿਆਣਾ GRP ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਲਿਫਟ ਲਗਾਉਣ ਦਾ ਕੰਮ ਕਰਦਾ ਸੀ ਮ੍ਰਿਤਕ। ਕੰਮ ਦੇ ਵਿੱਚ ਕਿਸੇ ਦੇ ਨਾਲ ਲੈਣ ਦੇਣ ਦਾ ਜਿਹੜਾ ਉਸਦਾ ਮਸਲਾ ਚੱਲ ਰਿਹਾ ਸੀਗਾ, ਜਿਸ ਦੇ ਚੱਲਦਿਆਂ ਉਸ ਨੂੰ ਪੈਸੇ ਜਿਹੜੇ ਨਹੀਂ ਮਿਲ ਰਹੇ ਸੀ। ਇਸ ਕਰਕੇ ਉਸਨੇ ਇਹ ਵਿਵਾਦ ਕਈ ਵਾਰ ਜਿਹੜੇ ਵੱਧ ਵੀ ਚੁੱਕਿਆ ਸੀ। ਇਸ ਕਰਕੇ ਆਰਥਿਕ ਤੰਗੀ ਤੋਂ ਦੁਖੀ ਹੋ ਕੇ, ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਉਸਨੇ ਟ੍ਰੇਨ ਅੱਗੇ ਕੁੱਦ ਕੇ ਜਿਹੜੀ ਹੈ ਆਪਣੀ ਜਾਨ ਦੇ ਦਿੱਤੀ ਹੈ, ਜਿਸ ਦੇ ਵਿੱਚ ਉਸਨੇ ਪਤਨੀ ਅਤੇ ਬੱਚੇ ਨੂੰ ਵੀ ਜਿਹੜਾ ਹੈ ਨਾਲ ਹੀ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕੀਤਾ ਹੈ। ਤਾਂ ਪੂਰਾ ਪਰਿਵਾਰ ਇੱਕੋ ਸਮੇਂ ਟ੍ਰੇਨ ਹੇਠ ਆ ਕੇ ਮੌਤ ਨੂੰ ਗਲ ਦੇ ਨਾਲ ਲੱਗ ਗਿਆ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਹੈ। ਲੁਧਿਆਣਾ ਨੇੜੇ ਦਾ ਇਹ ਮਾਮਲਾ ਹੈ ਜਿੱਥੇ ਪੂਰੇ ਪਰਿਵਾਰ ਨੇ ਟ੍ਰੇਨ ਹੇਠ ਆ ਕੇ ਖੁਦਕੁਸ਼ੀ ਕਰ ਲਈ ਹੈ। 9 ਸਾਲ ਦੇ ਬੱਚੇ ਨੂੰ ਬੁੱਕਲ ਦੇ ਵਿੱਚ ਲੈ ਕੇ ਟ੍ਰੇਨ ਅੱਗੇ ਆ ਗਏ ਮਾਂ ਪਿਓ। ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੂਰੇ ਪਰਿਵਾਰ ਨੇ ਟ੍ਰੇਨ ਹੇਠ ਆ ਕੇ ਖੁਦਕੁਸ਼ੀ ਕਰ ਲਈ ਹੈ। ਕਰਜ਼ੇ ਤੋਂ ਪਰੇਸ਼ਾਨ ਸੀ, ਕਰਜ਼ਾ ਇੰਨਾ ਕੁ ਸਿਰ ਤੇ ਚੜ੍ਹ ਚੁੱਕਿਆ ਸੀ ਕਿ ਉਤਰਨ ਦਾ ਨਾਮ ਨਹੀਂ ਲੈ ਰਿਹਾ ਸੀ, ਜਿਸ ਦੇ ਚੱਲਦਿਆਂ ਦੁਖੀ ਹੋ ਕੇ ਇਸ ਪੂਰੇ ਪਰਿਵਾਰ ਨੇ ਮੌਤ ਨੂੰ ਗਲ ਦੇ ਨਾਲ ਲਾ ਲਿਆ, ਮੌਤ ਦਾ ਰਾਹ ਚੁਣ ਲਿਆ। ਇਹਨਾਂ ਕੋਲ ਕੋਈ ਹੋਰ ਰਾਹ ਨਾ ਬਚਿਆ ਤੇ ਟ੍ਰੇਨ ਹੇਠ ਆ ਕੇ ਨਾ ਖੁਦਕੁਸ਼ੀ ਕਰ ਲਈ, ਜਿਸ ਦੇ ਵਿੱਚ ਮਾਂ ਪਿਓ ਤੇ ਇਹਨਾਂ ਦਾ 9 ਸਾਲ ਦਾ ਬੱਚਾ ਸ਼ਾਮਿਲ ਹੈ। 9 ਸਾਲ ਦੇ ਪੁੱਤ ਨੂੰ ਗੋਦੀ ਚ ਵਿੱਚ ਲੈ ਕੇ ਮਾਂ ਪਿਓ ਜਿਹੜੇ ਨੇ ਟ੍ਰੇਨ ਅੱਗੇ ਆ ਗਏ। ਬਹੁਤ ਵੱਡਾ ਜਿਗਰਾ ਚਾਹੀਦਾ ਹੈ ਇੱਕ ਬੱਚੇ ਨੂੰ ਨਾਲ ਲੈ ਕੇ ਮਾਪਿਆਂ ਨੇ ਖੁਦਕੁਸ਼ੀ ਕੀਤੀ ਹੈ। ਪੂਰਾ ਪਰਿਵਾਰ ਇੱਕੋ ਸਮੇਂ ਦੇ ਵਿੱਚ ਜਿਹੜਾ ਹੈ ਖੁਦਕੁਸ਼ੀ ਕਰ ਗਏ। ਪੂਰੇ ਪਰਿਵਾਰ ਨੇ ਇੱਕੋ ਸਮੇਂ ਦੇ ਵਿੱਚ ਮੌਤ ਨੂੰ ਗਲ ਦੇ ਨਾਲ ਲਾ ਲਿਆ। ਤਾਂ ਮਾਮਲਾ ਜਿਹੜਾ ਹੈ ਲੁਧਿਆਣਾ ਤੋਂ ਸਾਹਮਣੇ ਆ ਰਿਹਾ। ਲੁਧਿਆਣਾ ਨੇੜੇ ਜਿਹੜਾ ਹੈ ਅਹਿਮਦਗੜ੍ਹ ਦੇ ਕੋਲ ਜਿਹੜਾ ਹੈ ਟ੍ਰੇਨ ਅੱਗੇ ਆ ਕੇ ਇਸ ਪਰਿਵਾਰ ਨੇ ਖੁਦਕੁਸ਼ੀ ਕੀਤੀ ਹੈ। ਤਾਂ ਕਰਜ਼ੇ ਤੋਂ ਦੁਖੀ ਸੀ, ਕਰਜ਼ਾ ਇੰਨਾ ਕੁ ਸਿਰ ਤੇ ਚੜ੍ਹ ਚੁੱਕਿਆ ਸੀ ਕਿ ਬਹੁਤ ਵਾਰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਉਤਰਿਆ, ਜਿਸ ਦੇ ਚੱਲਦਿਆਂ ਪੂਰੇ ਪਰਿਵਾਰ ਨੇ ਮੌਤ ਦਾ ਰਾਹ ਚੁਣਿਆ, ਮਰਨਾ ਬਿਹਤਰ ਸਮਝਿਆ। ਇਸ ਕਰਕੇ ਇਹਨਾਂ ਨੇ ਇਹ ਵੱਡਾ ਖੌਫਨਾਕ ਕਦਮ ਚੁੱਕਿਆ ਹੈ। ਦੱਸ ਦਈਏ ਕਿ ਮਰਨ ਵਾਲਿਆਂ ਦੀ ਪਛਾਣ ਜਿਹੜੀ ਹੋਈ ਹੈ ਸੁਖਪਾਲ ਸਿੰਘ ਜਿਸ ਦੀ ਉਮਰ 32 ਸਾਲ, ਉਸਦੀ ਪਤਨੀ ਸੁਖਦੀਪ ਕੌਰ ਜਿਸ ਦੀ ਉਮਰ 30 ਸਾਲ ਅਤੇ ਬੇਟਾ ਬਲਜੀਤ ਜਿਸ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ। ਤਾਂ ਥਾਣਾ GRP ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀ ਲਾਸ਼ ਜਿਹੜੀ ਹੈ ਪੋਸਟਮਾਰਟਮ ਕਰਵਾਉਣ ਦੇ ਲਈ ਹਸਪਤਾਲ ਭੇਜੀ। ਪੋਸਟਮਾਰਟਮ ਕਰਵਾ ਕੇ ਹੁਣ ਇਹ ਲਾਸ਼ ਜਿਹੜੀ ਹੈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਤਾਂ ਘਟਨਾ ਦੇ ਰਾਤ ਦੀ ਦੱਸੀ ਜਾ ਰਹੀ ਹੈ ਜਿੱਥੇ ਅੰਮ੍ਰਿਤਸਰ ਟ੍ਰੇਨ ਜਿਹੜੀ ਹੈ ਉਹ ਅੰਮ੍ਰਿਤਸਰ ਹਿਸਾਰ ਟ੍ਰੇਨ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਜਦੋਂ ਅਹਿਮਦਗੜ੍ਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਪਿੰਡ ਦੇ ਕੋਲ ਰੇਲਵੇ ਲਾਈਨ ਦੇ ਉੱਤੇ 3 ਪਰਿਵਾਰਕ ਮੈਂਬਰਾਂ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ਦੀ ਜਾਂਚ ਜਿਹੜੀ ਹੈ ਲੁਧਿਆਣਾ GRP ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਲਿਫਟ ਲਗਾਉਣ ਦਾ ਕੰਮ ਕਰਦਾ ਸੀ ਮ੍ਰਿਤਕ। ਕੰਮ ਦੇ ਵਿੱਚ ਕਿਸੇ ਦੇ ਨਾਲ ਲੈਣ ਦੇਣ ਦਾ ਜਿਹੜਾ ਉਸਦਾ ਮਸਲਾ ਚੱਲ ਰਿਹਾ ਸੀਗਾ, ਜਿਸ ਦੇ ਚੱਲਦਿਆਂ ਉਸ ਨੂੰ ਪੈਸੇ ਜਿਹੜੇ ਨਹੀਂ ਮਿਲ ਰਹੇ ਸੀ। ਇਸ ਕਰਕੇ ਉਸਨੇ ਇਹ ਵਿਵਾਦ ਕਈ ਵਾਰ ਜਿਹੜੇ ਵੱਧ ਵੀ ਚੁੱਕਿਆ ਸੀ। ਇਸ ਕਰਕੇ ਆਰਥਿਕ ਤੰਗੀ ਤੋਂ ਦੁਖੀ ਹੋ ਕੇ, ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਉਸਨੇ ਟ੍ਰੇਨ ਅੱਗੇ ਕੁੱਦ ਕੇ ਜਿਹੜੀ ਹੈ ਆਪਣੀ ਜਾਨ ਦੇ ਦਿੱਤੀ ਹੈ, ਜਿਸ ਦੇ ਵਿੱਚ ਉਸਨੇ ਪਤਨੀ ਅਤੇ ਬੱਚੇ ਨੂੰ ਵੀ ਜਿਹੜਾ ਹੈ
नाल ही खुदकुशी करन दे लई मजबूर कीता है। तां पूरा परिवार इक्को समय ट्रेन हेठ आ के मौत नूं गल दे नाल लग गया, जिस तों बाद पूरे इलाके दे विच सनसनी फैली हुई है। लुधियाना नेड़े दा इह मामला है जिथे पूरे परिवार ने ट्रेन हेठ आ के खुदकुशी कर ली है।